ਸਮਾਰਟ ਦੀ ਗੱਲ ਕਰੀਏ ਮੈਮ, ਇਹਦੇ ਵਿੱਚ ਆਪਾਂ ਨੂੰ ਅਲੋਏ ਵੀਲ ਮਿਲਣਗੇ ਜੋ ਕਿ ਇਹਦੀ ਲੁੱਕ ਅੱਛੀ ਬਣਾਉਂਦੇ ਆ, ਐਂਡ ਸਟਰੋਂਗ ਆ ਜਦੋਂ ਆਪਾਂ ਗੱਡੀ ਚਲਾਉਂਦੇ ਉਹਦੀ ਸਟਰੋਂਗ ਫੀਲ ਆਉਂਦੀ ਹੈ। ਪਹਿਲਾਂ ਆਪਾਂ ਨੂੰ ਚਾਬੀ ਵਗੈਰਾ ਲਾਉਣੀ ਪੈਂਦੀ ਸੀ, ਕੀਲੈਸ ਮਾਡਲ ਹੈ। ਸਾਈਲੈਂਟ ਸਟਾਰਟ ਹੈ, ਗੱਡੀ ਸਟਾਰਟ ਕਰਦੇ ਹਾਂ ਸਲਫ ਦੀ ਨੋਇਜ਼ ਨਹੀਂ ਆਉਂਦੀ। ਉਸ ਤੋਂ ਬਾਅਦ ਇੰਜਨ ਸਟੋਪ ਸਿਸਟਮ ਹੈ, ਫਿਰ ਤੁਸੀਂ ਇੰਜਨ ਸਟੋਪ ਕਰ ਸਕਦੇ ਹੋ। ਉੱਪਰ ਨੂੰ ਫਿਊਲ ਟੈਂਕ ਹੈ, ਤੁਸੀਂ ਬੈਠੇ ਬੈਠੇ ਇਹਨੂੰ ਪੈਟਰੋਲ ਵੀ ਭਰਵਾ ਸਕਦੇ ਹੋ, ਉੱਠਣ ਦੀ ਲੋੜ ਨਹੀਂ ਪਏ। ਅੱਜ ਦੇ ਵਿੱਚ ਤੁਹਾਨੂੰ ਕੋਡ ਦਿੱਤਾ ਹੋਇਆ ਜੋ ਕਿ ਤੁਸੀਂ ਸੰਭਾਲ ਕੇ ਰੱਖਣਾ ਹੁੰਦਾ। ਅਗਰ ਤੁਹਾਡਾ ਰਿਮੋਟ ਗੁੰਮ ਵੀ ਜਾਂਦਾ ਹੈ ਤਾਂ ਤੁਸੀਂ ਆਪਣੀ ਐਕਟਿਵਾ ਸਟਾਰਟ ਕਰ ਸਕਦੇ ਹੋ। ਪਹਿਲਾਂ ਗੱਡੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਸੀ, ਚੋਰੀ ਵਗੈਰਾ ਆਉਂਦੀ ਸੀ, ਬਟ ਇਹਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈ। ਇਹਦੇ ਵਿੱਚ ਤੁਹਾਨੂੰ ਐਂਟੀ ਥੈਫ ਸਿਸਟਮ, ਫੋਰ ਸਕਿਉਰਿਟੀ ਦਿੱਤਾ ਹੋਇਆ। ਜਿੱਦਾਂ ਜੀ ਆਪਾਂ ਗੱਲ ਕਰਦੇ ਹਾਂ, ਗੱਡੀ ਨੂੰ ਤੁਸੀਂ ਲੋਕ ਲਗਾ ਦਿੰਦੇ ਹੋ ਔਰ ਇਹਨੂੰ ਡੀਐਕਟੀਵੇਟ ਕਰਨਾ ਭੁੱਲ ਜਾਂਦੇ ਹੋ। ਅਗਰ ਤੁਸੀਂ ਇਹਦੀ 100 ਮੀਟਰ ਦੇ ਵਿੱਚ ਬਾਹਰ ਆਊਟ ਹੋ ਜਾਂਦੇ ਹੋ ਤਾਂ ਤੁਹਾਡੀ ਗੱਡੀ ਆਟੋਮੈਟਿਕ ਲੋਕ ਹੋ ਜਾਏਗੀ, ਜਿਹਦੇ ਨਾਲ ਆਪਣੀ ਗੱਡੀ ਸੇਫ ਹੈ। ਸਰ, ਪਹਿਲਾਂ ਤਾਂ ਇਸ ਐਕਟਿਵਾ ਦਾ ਕਿਹੜਾ ਨਾਮ ਹੈ? ਐਕਟਿਵਾ ਐਚ ਸਮਾਰਟ ਹੈ ਮੈਮ, ਨਿਊ ਮਾਡਲ ਹੈ ਇਹ। ਗੱਲ ਕੀਤੀ ਜਾਵੇ, ਤੁਸੀਂ ਕਿਹਾ ਸਮਾਰਟ, ਤਾਂ ਇਹਦੇ ਵਿੱਚ ਕੀ ਸਮਾਰਟ ਚੀਜ਼ਾਂ ਨੇ, ਉਸ ਬਾਰੇ ਦੱਸੋ। ਸਮਾਰਟ ਦੀ ਗੱਲ ਕਰੀਏ ਮੈਮ, ਇਹਦੇ ਵਿੱਚ ਆਪਾਂ ਨੂੰ ਅਲੋਏ ਵੀਲ ਮਿਲਣਗੇ ਜੋ ਕਿ ਇਹਦੀ ਲੁੱਕ ਅੱਛੀ ਬਣਾਉਂਦੇ ਆ, ਐਂਡ ਸਟਰੋਂਗ ਆ ਜਦੋਂ ਆਪਾਂ ਗੱਡੀ ਚਲਾਉਂਦੇ ਉਹਦੀ ਸਟਰੋਂਗ ਫੀਲ ਆਉਂਦੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਕੀ ਹੈ ਸਮਾਰਟ ਦੇ ਵਿੱਚ, ਜਦੋਂ ਆਪਾਂ ਨੂੰ ਨਿਊ ਮਾਡਲ ਹੈ ਚਾਬੀ ਵਾਲਾ, ਕੀ ਲੈਸ ਮਾਡਲ ਇਹਨੂੰ ਕਹਿ ਦਿੰਦੇ ਆਪਾਂ, ਮਤਲਬ ਕਿ ਇਸਦੀ ਕੀ ਵੀ ਨਹੀਂ ਹੈਗੀ ਜੀ। ਇਹਨੂੰ ਤੁਸੀਂ ਇੱਥੋਂ ਹੀ ਲੌਂਗ ਮੋਸਟਲੀ ਕੀ ਹੈ, ਪਹਿਲਾਂ ਆਪਾਂ ਨੂੰ ਚਾਬੀ ਵਗੈਰਾ ਲਾਉਣੀ ਪੈਂਦੀ ਸੀ, ਕੀ ਲੈਸ ਮਾਡਲ ਹੈ, ਇਹਨੂੰ ਪ੍ਰੈਸ ਕਰਦੇ ਹੋ, ਇੱਥੋਂ ਤੁਹਾਡੀ ਗੱਡੀ ਔਨ ਹੋ ਜਾਂਦੀ ਹੈ ਔਰ ਸਾਈਲੈਂਟ ਸਟਾਰਟ ਹੈ। ਗੱਡੀ ਸਟਾਰਟ ਕਰਦੇ ਹਾਂ ਸਲਫ ਦੀ ਨੋਇਜ਼ ਨਹੀਂ ਆਉਂਦੀ, ਠੀਕ ਹੈ ਜੀ, ਜੋ ਕਿ ਪਹਿਲਾਂ ਬਹੁਤ ਆਉਂਦੀ ਸੀ ਆਪਾਂ ਨੂੰ ਪਹਿਲੇ ਮਾਡਲਾਂ ਦੇ ਵਿੱਚ, ਠੀਕ ਹੈ। ਸਾਈਲੈਂਟ ਸਟਾਰਟ ਹੈ, ਉਸ ਤੋਂ ਬਾਅਦ ਇੰਜਨ ਸਟੋਪ ਸਿਸਟਮ ਹੈ, ਇੱਥੋਂ ਹੀ ਤੁਸੀਂ ਇੰਜਨ ਸਟੋਪ ਕਰ ਸਕਦੇ ਹੋ, ਠੀਕ ਹੈ। ਇਹਨੂੰ ਬੈਕ 'ਤੇ ਕਰਦੇ ਹੋ, ਉੱਪਰ ਨੂੰ ਫਿਊਲ ਟੈਂਕ ਹੈ, ਤੁਸੀਂ ਬੈਠੇ ਬੈਠੇ ਇਹਨੂੰ ਪੈਟਰੋਲ ਵੀ ਭਰਵਾ ਸਕਦੇ ਹੋ, ਉੱਠਣ ਦੀ ਲੋੜ ਨਹੀਂ ਪਏਗੀ। ਕਿ ਬਾਹਰ ਹੀ ਜਿਹੜਾ ਉਹ ਪੈਟਰੋਲ ਭਰਵਾਉਣ ਵਾਲਾ ਉਹ ਲੱਗਿਆ ਹੋਇਆਗਾ ਤੇ ਸਾਨੂੰ ਉੱਠਣ ਦੀ ਵੀ ਜਿਹੜੀ ਉਹ ਲੋੜ ਨਹੀਂ ਹੈਗੀ ਜੀ। ਆ ਦੇਖੋ, ਸਰ ਪਹਿਲਾਂ ਨਾਲੋਂ ਐਵਰੇਜ ਦੇ ਵਿੱਚ ਕਿੰਨਾ ਫਰਕ ਪਿਆ ਇਸ ਐਕਟਿਵਾ ਦੇ ਵਿੱਚ? ਪਹਿਲਾਂ ਨਾਲੋਂ ਐਵਰੇਜ ਦੇ ਵਿੱਚ ਮੈਮ ਗੱਲ ਕਰੀਏ ਤਾਂ 10% ਮਾਈਲੇਜ ਇਨਕਰੀਜ਼ ਕੀਤੀ ਕੰਪਨੀ ਨੇ ਜੀ ਜੀ। ਇੱਕ ਗੱਲ ਹੁੰਦੀ ਹੈ ਕਿ ਪਹਿਲਾਂ ਵੀ ਐਕਟਿਵਾ ਸੀਗੇ, ਇਹ ਕੁਝ ਡਿਫਰੈਂਟ ਆਈ ਹੈਗੀ, ਜਿਵੇਂ ਤੁਸੀਂ ਕਿਹਾ ਕਿ ਕੀਲੈਸ ਐਕਟਿਵਾ ਗਈ, ਤਾਂ ਜਿਹੜਾ ਇਸਦਾ ਰਿਮੋਟ ਹੈਗਾ, ਜਿੱਦਾਂ ਕਈ ਵਾਰ ਇਹ ਹੁੰਦਾ ਕਿ ਕੀ ਗੁੰਮ ਜਾਂਦੀ ਹੈਗੀ ਤਾਂ ਆਪਾਂ ਦੁਬਾਰਾ ਬਣਵਾ ਲੈਂਦੇ ਹਾਂ, ਬਟ ਹੁਣ ਰਿਮੋਟ ਆ ਜਿਹੜਾ ਇਸਦਾ, ਤਾਂ ਫਿਰ ਉਹਦੇ ਵਿੱਚ ਕੋਈ ਚੱਕਰ ਤਾਂ ਨਹੀਂ ਹੋਏਗਾ? ਨਹੀਂ ਮੈਮ, ਦੁਬਾਰਾ ਵੀ ਰਿਮੋਟ ਤੁਹਾਨੂੰ ਅਪਲਾਈ ਹੋ ਜਾਂਦਾ ਔਰ ਮਿਲ ਜਾਏਗਾ। ਅਗਰ ਤੁਹਾਡਾ ਰਿਮੋਟ ਗੁੰਮ ਵੀ ਜਾਂਦਾ ਹੈ ਤਾਂ ਤੁਸੀਂ ਫਿਰ ਵੀ ਕਿਤੇ, ਇਹਦੇ ਵਿੱਚ ਤੁਹਾਨੂੰ ਕੋਡ ਦਿੱਤਾ ਹੋਇਆ ਜੋ ਕਿ ਤੁਸੀਂ ਸੰਭਾਲ ਕੇ ਰੱਖਣਾ ਹੁੰਦਾ ਹੈ। ਅਗਰ ਤੁਹਾਡਾ ਰਿਮੋਟ ਗੁੰਮ ਵੀ ਜਾਂਦਾ ਹੈ ਤਾਂ ਤੁਸੀਂ ਆਪਣੀ ਐਕਟਿਵਾ ਸਟਾਰਟ ਕਰ ਸਕਦੇ ਹੋ ਜੀ। ਉਹਦੇ ਵਿੱਚ ਫੰਕਸ਼ਨ ਹੈਗਾ, ਤੁਸੀਂ ਇਹਨੂੰ ਭਰ ਕੇ ਜੋ ਇਹਦੇ 9 ਅੱਖਰਾਂ ਦਾ ਕੋਡ ਹੋਏਗਾ ਉਹ ਤੁਸੀਂ ਇਹਨੂੰ ਫੀਲ ਕਰਕੇ ਆਪਣੀ ਗੱਡੀ ਲਿਜਾ ਸਕਦੇ ਹੋ 6 ਮਿੰਟ ਦੇ ਅੰਦਰ ਅੰਦਰ ਜੀ। 6 ਮਿੰਟ ਦੇ ਅੰਦਰ ਅੰਦਰ ਜਿਹੜੀ, ਅਗਰ ਸਾਡੇ ਤੋਂ ਰਿਮੋਟ ਗੁੰਮ ਵੀ ਜਾਂਦਾ ਹੈ ਤਾਂ ਵੀ ਅਸੀਂ ਆਪਣੀ ਗੱਡੀ ਹੈ ਜਿਹੜੀ ਉਹ ਚਲਾ ਸਕਦੇ ਹਾਂ ਅਤੇ 6 ਮਿੰਟਾਂ ਦੇ ਵਿੱਚ ਸਾਨੂੰ ਦੁਬਾਰਾ ਨਵਾਂ ਰਿਮੋਟ ਮਿਲ ਜਾਏਗਾ? ਨਹੀਂ, ਰਿਮੋਟ ਨਹੀਂ ਨਵਾਂ ਮਿਲੇਗਾ, ਤੁਸੀਂ ਗੱਡੀ ਸਟਾਰਟ ਕਰਕੇ ਲੈ ਕੇ ਜਾ ਸਕਦੇ ਹੋ, ਰਿਮੋਟ ਤੁਹਾਡਾ ਡੀਲਰ ਤੋਂ ਹੀ ਅਪਲਾਈ ਹੋਏਗਾ। ਮੀਨਸ ਕਿ ਜੇ ਤੁਸੀਂ ਐਮਰਜੈਂਸੀ ਤੁਹਾਡਾ ਰਿਮੋਟ ਗੁੰਮਿਆ ਹੋਇਆ, ਤੁਸੀਂ ਆਪਣਾ 9 ਅੱਖਰਾਂ ਦਾ ਕੋਡ ਭਰ ਕੇ ਉੱਥੋਂ ਜਾ ਸਕਦੇ ਹੋ।
ਸਰ ਜੀ ਗੱਲ ਕੀਤੀ ਜਾਵੇ ਸਿਕਿਉਰਿਟੀ ਦੀ, ਹਰ ਇੱਕ ਜਿਹੜਾ ਇਨਸਾਨ ਹੁੰਦਾ ਗਾ ਉਹਨਾਂ ਨੂੰ ਇਹ ਹੁੰਦਾ ਕਿ ਮਾਰਕੀਟ ਦੇ ਵਿੱਚ ਜਿਹੜੀ ਸਾਡੀ ਗੱਡੀ ਖੜੀ ਹੈਗੀ, ਸਾਡੀ ਐਕਟਿਵਾ ਖੜੀ ਹੈਗੀ, ਉਹ ਚੋਰੀ ਨਾ ਹੋ ਜਾਵੇ, ਤਾਂ ਉਹਦੇ ਵਿੱਚ ਕੀ ਸਿਕਿਉਰਿਟੀ ਸਿਸਟਮ ਆ? ਜਿਵੇਂ ਤੁਸੀਂ ਕਿਹਾ ਕਿ ਰਿਮੋਟ ਦੇ ਨਾਲ, ਤਾਂ ਜੇਕਰ ਆਪਾਂ ਐਕਟੀਵੇਟ ਕਰਨਾ ਭੁੱਲ ਜਾਂਦੇ ਹਾਂ ਤਾਂ ਕੀ ਕਰ ਸਕਦੇ? ਮੈਮ ਦੇਖੋ, ਤੁਹਾਡੀ ਗੱਡੀ ਦੀ ਬਹੁਤ ਪਹਿਲਾਂ ਗੱਡੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਸੀ, ਚੋਰੀ ਵਗੈਰਾ ਆਉਂਦੀ ਸੀ, ਬਟ ਇਹਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈ। ਇਹਦੇ ਵਿੱਚ ਤੁਹਾਨੂੰ ਐਂਟੀ ਥੈਪ ਸਿਸਟਮ ਫੋਰ ਸਿਕਿਉਰਿਟੀ ਦਿੱਤਾ ਹੋਇਆ। ਜਿੱਦਾਂ ਕਿ ਆਪਾਂ ਗੱਲ ਕਰਦੇ ਹਾਂ, ਗੱਡੀ ਨੂੰ ਤੁਸੀਂ ਲੋਕ ਲਗਾ ਦਿੰਦੇ ਹੋ ਔਰ ਇਹਨੂੰ ਡੀਐਕਟੀਵੇਟ ਕਰਨਾ ਭੁੱਲ ਜਾਂਦੇ ਹੋ। ਅਗਰ ਤੁਸੀਂ ਇਹ 100 ਮੀਟਰ ਦੇ ਵਿੱਚ ਦੂਰ ਬਾਹਰ ਆਊਟ ਹੋ ਜਾਂਦੇ ਹੋ ਤਾਂ ਤੁਹਾਡੀ ਗੱਡੀ ਆਟੋਮੈਟਿਕ ਲੋਕ ਹੋ ਜਾਏਗੀ, ਜਿਹਦੇ ਨਾਲ ਆਪਣੀ ਗੱਡੀ ਸੇਫ ਹੈ। ਸਰ ਜਿਸ ਤਰ੍ਹਾਂ ਇਸਦੇ ਜਿਹੜੇ ਫੀਚਰਸ ਨੇ ਉਹ ਬੜੇ ਹੀ ਅਟਰੈਕਟਿਵ ਨੇ, ਅਤੇ ਜੇਕਰ ਕਸਟਮਰਸ ਨੇ ਇਸਨੂੰ ਪਰਚੇਸ ਕਰਨਾ ਤਾਂ ਉਹ ਕਿਸ ਤਰ੍ਹਾਂ ਕਰ ਸਕਦੇ? ਮੈਮ ਦੇਖੋ, ਅਗਰ ਕਸਟਮਰ ਨੇ ਪਰਚੇਸ ਕਰਨਾ ਉਹ ਤੁਸੀਂ ਔਨਲਾਈਨ ਸਾਡਾ ਨੈੱਟ 'ਤੇ ਹੈਗਾ ਆ ਔਰ ਨੇਮ ਵਗੈਰਾ ਐਡਰੈਸ ਜੋ ਵੀ ਹੈ ਔਨਲਾਈਨ ਤੁਹਾਨੂੰ ਡਿਟੇਲ ਮਿਲ ਜਾਏਗੀ, ਅਕਾਊਂਟ 'ਚ ਟ੍ਰਾਂਸਫਰ ਵੀ ਕਰ ਸਕਦੇ ਈਜ਼ਲੀ, ਠੀਕ ਹੈ। ਅਗਰ ਵਿਜ਼ਿਟ ਕਰਨਾ ਆ, ਸਾਡਾ ਸ਼ੋਰੂਮ ਹੈਗਾ ਕ੍ਰਿਸ਼ਨਾ ਆਟੋਮੋਬਾਈਲ, ਬਸਤੀ ਯੋਧੇਵਾਲ ਚੌਂਕ, ਅਨੰਦਪੁਰ ਮੁਹੱਲਾ, ਲੁਧਿਆਣਾ।